ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਪੰਜਾਬ ਭਰ ਵਿੱਚ ਵਿਸ਼ਾ ਸਵਾਗਤ ਜ਼ਿੰਦਗੀ ਦੇ ਅਧਿਆਪਨ ਦੀ ਸਾਰਥਕਤਾ 'ਚ ਹੋਰ ਵਾਧਾ ਕਰਨ ਦੇ ਮਕਸਦ ਨੂੰ ਲੈ ਕੇ ਜੈਂਡਰ ਸੈਂਸੀਟਾਈਜੇਸ਼ਨ ਵਿਸ਼ੇ ਅਧੀਨ ਸੈਮੀਨਾਰ ਲਗਾਏ ਜਾ ਰਹੇ ਹਨ। ਉੱਥੇ ਉਸੇ ਲੜੀ ਤਹਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਕਟਰ 3 ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪ੍ਰਿੰਸੀਪਲ ਗੁਰਾਂ ਦਾਸ ਜੀ ਦੀ ਰਹਿਨੁਮਾਈ ਹੇਠ ਬੜੇ ਹੀ ਢੁਕਵੇਂ ਵਾਤਾਵਰਨ 'ਚ ਮੁਕੰਮਲ ਹੋਇਆ, ਜਿਸ ਵਿੱਚ ਉੱਚ ਅਧਿਕਾਰੀ ਸਟੇਟ ਰਿਸੋਰਸਿਸ ਪਰਸਨ ਚੰਦਰ ਸ਼ੇਖਰ DEO ਸੈਕੰਡਰੀ ਹੁਸ਼ਿਆਰਪੁਰ, ਗੁਰਸ਼ਰਨ ਸਿੰਘ ਪ੍ਰਿੰਸੀਪਲ ਡਾਇਟ ਤੇ DM ਇੰਗਲਿਸ਼ ਤੇ ਸਮਾਜਿਕ ਵਿਗਿਆਨ ਯੋਧਾ ਮਲਪਾਲ ਵੱਲੋਂ ਦਰਸਾਈਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਬਲਾਕ ਹਾਜ਼ੀਪੁਰ ਤੇ ਤਲਵਾੜਾ ਦੇ 40 ਅਧਿਆਪਕ ਸਹਿਬਾਨਾਂ ਦਾ ਸੈਮੀਨਾਰ ਲਗਾਇਆ ਗਿਆ। ਸਕੂਲ ਕਲਾਸਰੂਮ 'ਚ ਲੱਗੇ ਪ੍ਰੋਜੈਕਟਰ ਦੀ ਮਦਦ ਨਾਲ ਰਿਸੋਰਸ ਪਰਸਨ ਦਵਿੰਦਰ ਸਿੰਘ, ਹੀਰਾ ਸਿੰਘ ਤੇ ਪਰਵਿੰਦਰ ਪਾਲ ਸਿੰਘ ਵੱਲੋਂ ਵਿਸ਼ੇ ਦੀ ਸਾਰਥਕਤਾ ਨੂੰ ਤਵੱਜੋ ਦਿੰਦਿਆਂ ਸਮੂਹ ਅਧਿਆਪਕਾਂ ਨੂੰ ਸੁਨੇਹਾ ਦਿੱਤਾ ਕਿ ਲਿੰਗ ਆਧਾਰਿਤ ਕਿਸੇ ਵਿਦਿਆਰਥੀ ਨਾਲ ਕੋਈ ਭੇਦਭਾਵ ਨਾ ਕਰਦੇ ਹੋਏ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਦ੍ਰਿੜ ਕਰਨਾ, ਜਿਸ ਨਾਲ ਵਿਸ਼ਾ ਸਵਾਗਤ ਜ਼ਿੰਦਗੀ ਦੇ ਅਧਿਆਪਨ ਦਾ ਅਸਲ ਮਕਸਦ ਪੂਰਾ ਹੋ ਸਕੇ ਤੇ ਗਹਿਰੇ ਵਿਚਾਰ ਕੁਦਰਤ ਭੇਦ ਕਰਦੀ ਹੈ ਭੇਦਭਾਵ ਨਹੀਂ ਨੂੰ ਸੁਖਾਵੀ ਵਿਚਾਰ ਚਰਚਾ ਤਹਿਤ ਵਿਚਾਰਿਆ ਗਿਆ। ਲਾਈਵ ਪੰਜਾਬ ਨਿਊਜ਼ ਤੋਂ ਸੋਨੂੰ ਥਾਪਰ ਦੀ ਵਿਸ਼ੇਸ਼ ਰਿਪੋਰਟ। ਜੇਕਰ ਅਸੀਂ ਟੀਚਰ ਲੋਕ ਹੀ ਖੁਦ ਨਾਲ ਡਿਫੈਂਡ ਘੱਟ ਕਰਾਂਗੇ ਤਾਂ ਨੈਚੁਰਲੀ ਸਾਡੇ ਜਿਹੜੇ ਬੱਚੇ ਆਉਣ ਵਾਲੇ ਬੱਚੇ ਜਾਂ ਸਾਡੇ ਆਪਣੇ ਬੱਚੇ ਆ ਉਹ ਵੀ ਸਾਡੇ ਤੋਂ ਇਹੀ ਸਿੱਖਿਆ ਲੈਣਗੇ। ਨਾ ਸਿਲਾਈ, ਨਾ ਕਢਾਈ, ਨਾ ਬੁਣਾਈ, ਨਾ ਕਾਪੜ ਬਣਾਉਣਾ, ਨਾ ਖਾਣਾ ਬਣਾਉਣਾ, ਨਾ ਬੱਚੇ ਪਾਲਣਾ, ਇਹ ਕੀ ਕਰਦੀ ਹੈ ਪੈਸਾ ਕਮਾਉਣ ਦੀ ਕੋਸ਼ਿਸ਼ ਨਹੀਂ ਕਰਦੀ। ਲੇਕਿਨ ਇਸ ਸਭ ਤੋਂ ਜ਼ਿਆਦਾ ਖਤਰਨਾਕ ਕੋਸ਼ਿਸ਼ ਬਣੋ ਇਕੁਇਲਿਟੀ, ਜੈਂਡਰ ਇਕੁਇਲਿਟੀ, ਇਹ ਦੋਨਾਂ ਦੇ ਵਿੱਚ ਬਹੁਤ ਡਿਫਰੈਂਸ ਹੈ। ਇਹਦੇ ਉੱਪਰ ਅਸੀਂ ਇਹ ਜਿਹੜੀਆਂ ਗੱਲਾਂ ਲੈਂਦੇ ਨੇ, ਕੁਦਰਤ ਦਾ ਜਿਹੜਾ ਨਿਆਂ ਹੈ ਉਹ ਹਰ ਇੱਕ ਨੂੰ ਮਿਲੇ। ਇਹ ਨਾ ਹੋਵੇ ਕਿ ਔਰਤ ਭਾਰੂ ਹੋ ਜਾਏ, ਇਹ ਨਾ ਹੋਵੇ ਕਿ ਮਰਦ ਭਾਰੂ ਹੋ ਜਾਏ। ਇਹ ਜਿਹੜਾ ਅੱਜ ਦੇ ਸੈਮੀਨਾਰ ਦਾ ਜਿਹੜਾ ਮਕਸਦ ਹੈ, ਮਤਲਬ ਉਹ ਅਸੀਂ ਲੈ ਕੇ ਜਾਣਾ, ਔਰ ਖਾਸ ਤੌਰ 'ਤੇ ਅਸੀਂ ਬੱਚਿਆਂ ਦੇ ਅੰਦਰ ਉਹ ਵੈਲਿਊਜ਼ ਕ੍ਰੀਏਟ ਕਰਨੀਆਂ ਜਿਹੜੀਆਂ ਸਾਡੀਆਂ ਧਾਰਨਾਵਾਂ ਜਾਂ ਟ੍ਰੈਡੀਸ਼ਨਲੀ ਸਾਡੇ ਦਿਲ ਦਿਮਾਗ ਦੇ ਵਿੱਚ ਕਿਤੇ ਸੈੱਟ ਹੋ ਕੇ ਬੈਠੀਆਂ ਅਤੇ ਆਪਾਂ ਬੜੇ ਪਿਆਰ ਮੁਹੱਬਤ ਨਾਲ ਕਨਵਿੰਸਿੰਗ ਵੇ ਦੇ ਨਾਲ ਬਿਨਾਂ ਕਿਸੇ ਦੇ ਮਨ ਨੂੰ ਠੇਸ ਪਜਾਏ ਇਸ ਚੀਜ਼ ਦਾ ਮਸਲਾ ਹੱਲ ਕਰਨਾ, ਇਹ ਸਾਡਾ ਅੱਜ ਦਾ ਜਿਹੜਾ ਮਤਲਬ ਸੈਮੀਨਾਰ ਦਾ ਮਕਸਦ ਸੀਗਾ। ਅਤੇ ਵਾਰ ਵਾਰ ਆਪਾਂ ਤੁਹਾਨੂੰ ਰਿਕੁਐਸਟ ਇਸ ਕਰਕੇ ਕਰਦੇ ਹਾਂ ਵੀ ਟਾਈਮ ਘੱਟ ਹੈ ਜਾਂ ਤੁਹਾਡੇ ਵੀਡੀਓ ਆਪਾਂ ਬਾਅਦ ਕਰਾਂਗੇ, ਕਿਉਂਕਿ ਹੁਣ ਸਾਡੇ ਕੋਲ ਹਿਸਾਬ ਲਾਓ ਤੁਸੀਂ, ਹੁਣ ਮੈਂ ਵੀ ਗੱਲ ਕਰ ਰਿਹਾ ਅਤੇ ਤੁਹਾਡੀ ਲੰਚ ਬ੍ਰੇਕ ਕੇਵਲ 30 ਮਿੰਟ ਦੀ ਹੈ। ਸਰ ਅੱਜ ਜਿਹੜਾ ਸੈਮੀਨਾਰ ਕੀਤਾ ਜਾ ਰਿਹਾ ਉਹਦੇ ਸੰਬੰਧੀ ਜਾਣਕਾਰੀ ਦਿਓ। ਹਾਂਜੀ ਸਰ, ਸਾਡੇ ਪੰਜਾਬ ਸਰਕਾਰ ਵੱਲੋਂ ਮਤਲਬ ਇਹ ਜਿਹੜਾ ਇੱਕ ਸਬਜੈਕਟ ਹੈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜੈਂਡਰ ਸੈਂਸਟਾਈਜੇਸ਼ਨ ਦੇ ਉੱਪਰ, ਜੈਂਡਰ ਕਿਊਟੀ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਇਹਦੇ ਸੈਮੀਨਾਰ ਚੱਲ ਰਹੇ ਨੇ। ਅਤੇ ਇਸ ਤੋਂ ਪਹਿਲਾਂ ਸਾਡੇ ਸਾਰੇ ਮਤਲਬ ਜਿਹੜੇ ਰਿਸੋਰਸ ਪਰਸਨ ਨੇ ਉਹਨਾਂ ਦੀ ਬਕਾਇਦਾ ਮੀਟਿੰਗ ਹੋਈ ਹੈ, ਔਰ ਜੈਂਡਰ ਸੈਂਸਟਾਈਜੇਸ਼ਨ ਦੇ ਉੱਪਰ ਜਿਹੜੀ ਕੁਦਰਤ ਦਾ ਜਿਹੜਾ ਇੱਕ ਨਿਆਂ ਗਾ ਜੋ ਨਿਯਮ ਹੈ ਉਹਦੇ ਮੁਤਾਬਕ ਜਿਹੜੇ ਸਾਰਾ ਸਾਡਾ ਜਿਹੜਾ ਇਹ ਮਤਲਬ ਇਹ ਇਨਸਾਨ ਜਿਹੜੇ ਵਸਣ ਰਹਿਣ, ਠੀਕ ਹੈ ਨਾ ਜੀ, ਕੋਈ ਲਿੰਗ ਦੇ ਆਧਾਰ ਦੇ ਉੱਪਰ ਕਿਸੇ ਦੇ ਨਾਲ ਬੁੱਧੀ ਕੀ ਨਾ ਹੋਵੇ, ਹੈ ਨਾ, ਇਸ ਤਰ੍ਹਾਂ ਦਾ ਮਤਲਬ ਜਿਹੜਾ ਗਿਆਨ ਹੈ ਉਹ ਅਸੀਂ ਮਤਲਬ ਸਾਂਝਾ ਕਰ ਰਹੇ ਹਾਂ। ਬਕਾਇਦਾ ਜੋ ਸਾਨੂੰ ਡਿਪਾਰਟਮੈਂਟ ਵੱਲੋਂ ਸਲਾਈਡਸ ਤਿਆਰ ਕਰਕੇ ਦਿੱਤੀਆਂ ਗਈਆਂ ਅਤੇ ਹੋਲ ਹੈਟਰਲੀ ਪੂਰਾ ਸ਼ਡਿਊਲ ਸੈੱਟ ਕਰਕੇ ਦਿੱਤਾ ਹੋਇਆ, ਉਹਦੇ ਉੱਪਰ ਸਾਡੇ ਟੀਚਰਸ ਵੀ ਬਹੁਤ ਵਧੀਆ ਢੰਗ ਦੇ ਨਾਲ ਡਿਸਕਸ਼ਨਸ ਕਰ ਰਹੇ ਨੇ, ਔਰ ਸਾਡੇ ਰਿਸੋਰਸ ਪਰਸਨ ਮੇਰੇ ਨਾਲ ਸਾਡੇ ਸਰਦਾਰ ਹੀਰਾ ਸਿੰਘ ਜੀ ਹੈ, ਇਹ BM ਨੇ ਬਲਾਕ ਹਾਜੀਪੁਰ ਦੇ, ਔਰ ਮੇਰੇ ਨਾਲ ਸੱਜੇ ਪਾਸੇ ਮੇਰੇ ਪਰਮਿੰਦਰ ਸਿੰਘ, ਪਰਮਿੰਦਰਪਾਲ ਸਿੰਘ ਬਰਾੜ ਜੀ, ਇਹ ਕਮਾਈ ਦੇ ਹੀ ਬਲੋਕ ਦੇ ਨੇ। ਅਤੇ ਸਾਡੀਆਂ ਤਿੰਨਾਂ ਦੀ ਇੱਥੇ ਵੈਨਿਊ ਸਾਡਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ, ਜੋ ਕਿ ਰਹਿਨੁਮਾਈ ਜਿਹੜੀ ਸਾਡੇ ਉੱਪਰ ਅਥਾਰਟੀ ਦੀ ਆਪਾਂ ਗੱਲ ਕਰਦੇ ਹਾਂ, ਅਤੇ ਸਾਡੇ SRP ਸਾਡੇ ਜਿਹੜੇ ਚੰਦਰ ਸ਼ੇਖਰ ਜੀ, ਔਰ ਸਾਡੇ ਡਾਇਟ ਪ੍ਰਿੰਸੀਪਲ ਡਿਸਟ੍ਰਿਕਟ DO ਸਾਹਿਬ ਸਾਡੇ ਹੁਸ਼ਿਆਰਪੁਰ ਦੇ, ਔਰ ਸਾਡੇ DM ਇੰਗਲਿਸ਼ ਔਰ SS ਯੋਧਾ ਮਲਪਾਲ ਜੀ, ਇਹ ਸਾਰਿਆਂ ਦਾ ਉਹਨਾਂ ਦੀ ਰਹਿਨੁਮਾਈ ਵਿੱਚ, ਖਾਸ ਤੌਰ 'ਤੇ ਮੇਜ਼ਬਾਨ ਸਕੂਲ ਦੇ ਜੋ ਪ੍ਰਿੰਸੀਪਲ ਸ਼੍ਰੀਮਾਨ ਸ਼੍ਰੀ ਗੁਰਾਂ ਦਾਸ ਜੀ, ਉਹਨਾਂ ਦਾ ਸਾਰਿਆਂ ਦਾ ਬੜਾ ਵੱਡਾ ਇੱਕ ਉਪਰਾਲਾ ਹੈ, ਜਿਹੜੇ ਬਹੁਤ ਕੰਡਿਊਸਿਵ ਇਨਵਾਇਰਮੈਂਟ ਦੇ ਵਿੱਚ ਸਾਨੂੰ ਸੈਮੀਨਾਰਸ ਇਹ ਲਾਉਣ ਦਾ ਮੌਕਾ ਦੇ ਰਹੇ ਨੇ। ਗੱਲ ਕੀਤੀ ਜਾਵੇ ਹੁਣ ਤੱਕ ਕਿੰਨੇ ਸੈਮੀਨਾਰ ਲੱਗ ਚੁੱਕੇ ਤਾਂ ਗਾਂ ਅੱਗੇ ਅੱਗੇ ਜਿਹੜੇ ਤੁਹਾਡੇ ਕੀ ਸੈਮੀਨਾਰ ਹੋਰ ਮਿਲਣਗੇ? ਜੈਂਡਰ ਸੈਂਸਟੇਸ਼ਨ ਸੈਂਸਟਾਈਜੇਸ਼ਨ ਜਿਹੜਾ ਸਾਡਾ ਹੈਗਾ ਜੀ, ਇਹਦੇ ਵਿੱਚ ਸਾਡੇ ਲਾਸਟ ਟਾਈਮ ਵੀ ਲੱਗੇ ਸੀ 2 ਡੇਜ਼, ਅਤੇ ਜਿਹੜੇ ਰਹਿ ਗਏ ਸੀਗੇ ਮਤਲਬ ਵੈਲਕਮ ਲਾਈਫ ਦਾ ਨਵਾਂ ਵਿਸ਼ਾ ਜਿਹੜਾ ਸਾਡਾ ਹੈਗਾ, ਅਤੇ ਉਹਦੇ ਮਤਲਬ ਉਹਨੂੰ ਜਿਹੜੇ ਰਹਿ ਗਏ ਸਾਡੇ ਵੈਲਕਮ ਲਾਈਫ ਨੂੰ ਕਰੰਟ ਸੈਸ਼ਨ ਦੇ ਪੜ੍ਹਾ ਰਹੇ ਹੈ,
तो उन्होंने सैमीनार लगाए जा रहे जी तो पूरे पंजाब दे विच लग रहा अज मतलब जो सैकेंड और फस्ट और सैकेंड फेज है साढ़े हुशियारपुर और चार वेन्यू चल रहे अज इस तो पहला कंप्लीट है। हाँ जी सर अपने पत्रकार साहब गल ये है भी जिन्हें असी तीन ब्लॉक बैठे हैं हाजीपुर कमाई देवी और तलवाड़ा तो साढ़े 40-41 के करीब टीचर बैठे ने यह असी सारा जो भी डिस्कोर्स चल रहा है वह बच्चों की बैटरमेंट वास्ते है ना और साढ़े समाज की बैटरमेंट वास्ते जो भी धारणा जी एक मॉडर्न थॉट जिहड़ा हैगा मतलब है ना वो उपर गल विचार चर्चा हो रही है तो आप इस गल जरूर तवज्जो दे के कही है भी किसी ऐसी गल नहीं आप किसी करनी जी किसी की भावना ठीक